ਉਹ ਜਿਹੜਾ ਮਹਿਫਲ ਵਗੈਰਾ ਲੱਗਦੀ ਸੀ ਉੱਥੇ ਉੱਥੇ ਮੇਰੇ ਤੋਂ ਸੁਣਦੇ ਸੀ ਉਹ ਕਹਿੰਦੇ ਵੀ ਇਹ ਗਾਣਾ ਮੈਨੂੰ ਰਿਕਾਰਡ ਕਰਕੇ ਲੈ ਕੇ ਆ ਹਾਂ ਹਾਂ ਮੈਂ ਆਖਿਆ ਵੀ ਉਹ ਜੀ ਕਹੀ ਵੀ ਰਿਕਾਰਡ ਕਿਦਾਂ ਕਿਹਾ ਵੀ ਇਹਨਾਂ ਨੇ ਸਟੂਡੀਓ ਕਿਹਾ ਜਾਂ ਵੈਸੇ ਵਾਕਮੈਨ ਹੁੰਦੀਆਂ ਸੀ ਉਹਦੇ ਰਿਕਾਰਡ ਕਰਨ ਵਾਲੀਆਂ ਹਨ ਛੋਟੀਆਂ ਜੀਆਂ ਤੇ ਮੈਂ ਉਹ ਪਦਲ ਹੋ ਗਿਆ ਉਸ ਗੱਲ ਨੂੰ ਫਿਰ ਇਹ ਮੇਰੇ ਇੱਕ ਦੋਸਤ ਹੈ ਬਰਨਾਲੇ ਤੋਂ ਡੈਨੀ ਸ਼ਰਮਾ ਓਕੇ ਉਹਦੇ ਸੀ ਇੱਕਦਮ ਸਟੂਡੀਓ 'ਚ ਵੈਸੇ ਬੈਠੇ ਸੀ ਕੋ ਕੰਮ ਕਰਦੇ ਸੀ ਅਸੀਂ ਜੀ ਤੇ ਉੱਥੇ ਕਹਿੰਦਾ ਯਾਰ ਆਪਾਂ ਉਹ ਗਾਣੀ ਦੀ ਗੱਲ ਹੋਈ ਸੀ ਪਰ ਰਿਕਾਰਡ ਕਰੀਓ ਮੈਂ ਚਲੋ ਬਾਈ ਕਰੋ ਉਹ ਡੰਮੀ ਇੱਕੋ ਟੇਕ ਦੇ ਵਿੱਚ ਰਿਕਾਰਡ ਕੀਤੀ ਸੀ ਅਸੀਂ ਨੇ ਬਈ ਇਦਾਂ ਨਹੀਂ ਸੀ ਵੇ ਕੱਟ-ਕੱਟ ਕਰਕੇ ਜਿਵੇਂ ਅੱਜ ਤੱਕ ਆਪਾਂ ਇੱਕ ਸਥਾਈ ਕਰ ਲਈ ਅੰਤਰਾ ਕਰ ਲਈ ਕਲੈਨ ਕਰ ਲਈ ਉਹ ਇਦਾਂ ਇੰਨੀ ਕਿ ਜ਼ਿਆਦਾ ਇੰਨੀ ਵਧੀਆ ਬਣ ਗਈ ਉਹ ਮੈਂ ਆਪਣੇ ਫੋਨ 'ਚ ਪਾ ਲਈ ਉਹ ਹਾਂ ਹਾਂ ਤੇ ਦੋ ਤਿੰਨ ਸੀਡੀਆਂ ਬਣਾਉਣੀਆਂ ਦੇਣ ਵਾਸਤੇ ਜਿਹੜੇ ਉੱਥੇ ਅਥਾਰਟੀ ਸੀ ਯੂਨੀਵਰਸਿਟੀ ਦੀ ਵਧੀਆ ਵਧੀਆ ਤੇ ਉਹ ਮੈਂ ਜਿਹੜਾ ਮੇਰੇ ਕੋਲ ਫੋਨ ਸੀ ਉਸ ਵਾਲੇ ਮਟਰੋਲਾ ਦਾ ਹਾਂ ਹਾਂ ਤੇ ਉਹਨੂੰ ਮੈਂ ਆਪਣੇ ਬਲੂਟੁੱਥ ਨਾਲ ਹੀ ਕਿਸੇ ਮੇਰੇ ਦੋਸਤ ਨੂੰ ਸੈਂਡ ਕਰਤਾ ਉਹ ਪੱਕੇ ਰੰਗ ਉਹਨੂੰ ਬੜਾ ਵਧੀਆ ਲੱਗਦਾ ਸੀ ਬਸ ਫਿਰ ਸੈਂਡ ਹੁੰਦਾ 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 ਇੰਨਾ ਜਿਆਦਾ ਹਰ ਜਗ੍ਹਾ ਦੇ ਉੱਤੇ ਮੈਂ ਇਹ ਨਹੀਂ ਕਰ ਸਕਦਾ ਮੈਂ YouTube ਵਾਲਾ ਸਿੰਗਰ ਹਾਂ ਬਲੂਟੁੱਥ ਵਾਲਾ ਸਿੰਗਰ ਕਿਾ ਸਕਦਾ ਪਰ ਮੇਰੀ ਉਮਰ ਨਹੀਂ ਹੈਗੀ ਅੱਛਾ ਤੇ ਬੈਸੀ ਸਮੇਂ ਦੀ ਗੱਲ ਕਰਦੇ ਕਿਉਂਕਿ ਸਮਾਂ ਬਹੁਤ ਥੋੜੇ ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਚੇਂਜ ਹੋ ਗਿਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਉਹ ਜਦੋਂ ਬਲੂਟੁੱਥ ਤਾਂ ਇੰਨਾ ਜ਼ਿਆਦਾ ਫੇਮ ਹੋ ਗਿਆ ਲੋਕ ਗੈਸ ਕਰਨ ਲੱਗੇ ਕੋਈ ਕਹਿੰਦਾ ਸੀ ਫਿਰੋਜ਼ ਖਾਨ ਦਾ ਗੀਤ ਹੈ ਕੋਈ ਕਹਿੰਦਾ ਸੀ ਕਿਸੇ ਦਾ ਤੇ ਗੈਸ ਕਰਦੇ ਕਰਦੇ ਫਿਰ ਮੈਨੂੰ ਲੱਗਿਆ ਵੀ ਆਪਾਂ ਤਦ ਉਹ ਕਹ ਉਹ ਗਰ ਵੀ ਬਲਕ ਕਿ ਸਿਰਾਂ ਗਾਣਾ ਕਹੀ ਜਾਂਦੇ ਨੇ ਸਹੀ ਗੱਲ ਹੈ ਤੇ ਅਸੀਂ ਫਿਰ ਕੀ ਕਰਿਆ ਉਸ ਵੇਲੇ ਮੇਰਾ ਮਿੱਤਰ ਸੀ ਕਿ ਸਾਈਬਰ ਕੈਫੇ ਚ ਚਲਾਉਂਦਾ ਸੀ ਬਾਹਰੋਂ ਓਕੇ ਉਹ ਤਾਂ ਔਰਕਟ ਚ ਲਾਉਣ ਜਾਂਦੇ ਹੁੰਦੇ ਸੀ ਅਸੀਂ ਕਦੇ ਨਾ ਕਦੇ ਸਹੀ ਗੱਲ ਹੈ ਉਹ ਪਹਿਲਾਂ ਚੱਲਦਾ ਹੁੰਦਾ ਸੀ ਔਰਕਟ ਦਾ ਜ਼ਮਾਨਾ ਉਹ 10 ਰੁਪਏ ਦੇ ਕੇ ਔਰਕਟ ਚ ਲਾ ਕੇ ਹੁੰਦੇ ਹੁੰਦੇ ਸੀਗੇ ਰਾਈਟ ਤੇ ਉਹ ਕਹਿੰਦਾ ਵੀ ਮੈਨੂੰ ਇੱਕ ਕੰਮ ਕਰਨਾ ਹੁੰਦਾ ਮੈਂ ਕਿ ਕਹਿੰਦਾ ਯਾਰ ਗਾਣਾ ਪਾਣਾ ਘੈਂਟ ਹੋ ਗਿਆ ਪਰ ਮੈਨੂੰ ਸਲਾਈਡ ਸ਼ੋ ਬਣਾਉਣਾ ਹੁੰਦਾ ਹਾਂ ਆਹਾ ਵੀ ਆਪਾਂ ਤੇਰਾ ਗਾਣਾ ਲਾਵਾਂਗੇ ਹਾਂ ਫੋਟੋ ਵਾਲਾ ਤਾਂ ਚੱਲਦੀ ਸੀ ਉਹ ਕਹਿੰਦਾ ਵੀ ਆਪਾਂ ਕਿ ਨਵਾਂ ਵੀ ਆਪਾਂ ਵੀਡੀਓ ਕੱਟ ਲਾਂਗੇ ਕਿਸੇ ਦੀਆਂ ਨਹੀਂ ਗਰੋ ਵਗੈਰਾ ਦੀ ਵੀ ਵੀਡੀਓ ਕੱਟ ਕੇ ਤੇ ਐਂ ਕਰਾਂ ਵੀ ਤੇਰੇ ਆਪਾਂ ਸ਼ਾਰਟ ਲੈ ਲੈਨੇ ਹੈਂਡੀ ਕੈਮਰਾ ਹੈ ਕਹਿੰਦਾ ਮੇਰੇ ਇੱਕ ਦੋਸਤ ਕੋਲ ਉਹ ਵਿਆਹ ਦਾ ਮੂਵੀਆ ਬਣਾਉਂਦੇ ਨੇ ਕਹਿੰਦਾ ਠੀਕ ਹੈ ਜੀ ਅਸੀਂ ਯੂਨੀਵਰਸਿਟੀ ਦੋਨੇ ਅਸੀਂ ਜੋ ਕੋਈ ਆ ਜਾ ਕਰੇ ਸੀ ਰੁਕ ਜਾਂਦੇ ਸੀ ਇਹ ਸੰਗ ਲੱਗਦੀ ਸੀ ਵੀ ਇਹ ਕੀ ਕਰੀਂ ਅੰਦਰ ਜੇਬ ਦੇ ਵਿੱਚ ਆਪਣਾ ਲਿਪਸਿੰਗ ਕਰਨ ਵਾਸਤੇ ਫੋਨ ਪਾਇਆ ਸੀ ਜਿਸ ਵਿੱਚ ਗਾਣਾ ਚੱਲਦਾ ਸੀਗਾ ਤੇ ਫਿਰ ਉਹਨੇ ਸੀਨੇ ਜੋੜਤਾ ਰਾਈਟ ਰਾਈਟ ਯੂ ਟੂ ਟੇਪਾਤਾ ਇਨੇ ਕਿ ਜਿਆਦੇ ਉਹਦੇ ਉਸ ਵੇਲੇ ਦੇ ਵਿੱਚ 2007 ਦੇ 10 ਦੇ ਗੈਪ ਦੇ ਵਿੱਚ 2-3 ਲੱਖ ਵੀਊ ਉਸ ਵੇਲੇ ਹੋਏ ਸੀ ਹੁਣ ਤਾਂ ਨੋਰਮਲ ਗੱਲ ਹੈ ਬਹੁਤ ਵੱਡੀ ਗੱਲ ਸੀ ਫਿਰ ਇੱਕ ਕੰਪਨੀ ਨੇ ਮੈਨੂੰ ਹਾਂ ਅਪਰੋਚ ਕਰੀ ਸਾਡੀ ਮੀਟਿੰਗ ਹੋਈ ਫਿਰ ਪਹਿਲੀ ਐਲਬਮ ਆਈ ਮੈਂ ਤੇ ਕੰਪਨੀ ਵਾਲੀ ਤੇ ਗੱਲ ਠੀਕ ਹੋ ਗਈ ਜਦੋਂ ਪਹਿਲੀ ਐਲਬਮ ਆਈ ਹੈ ਪਰ ਉਹ ਜਦੋਂ ਆ ਤੁਸੀਂ ਗਾਣਾ ਕੱਢਿਆ ਸੀ ਮਤਲਬ ਬੈਠੇ ਬਿਠਾਏ ਮਾਹੌਲ ਦੇ ਵਿੱਚ ਕੱਢਤਾ ਪਰ ਘਰਦਿਆਂ ਦਾ ਸਹੋ ਕਿੰਨਾ ਸੀਗਾ ਇਹਦੇ ਵਿੱਚ ਕਿ ਯਾਰ ਪੁਸ਼ ਫੈਕਟਰ ਸੀਗਾ ਜਾਂ ਕਹਿੰਦੇ ਸੀ ਯਾਰ ਕਿਹੜੇ ਕੰਮ ਨੂੰ ਤਰਪਿਆ ਦੋ ਇਹ ਨਹੀਂ ਨਹੀਂ ਐਕਚੁਅਲੀ ਘਰਦਿਆਂ ਦਾ ਪੂਰਾ ਰਿਸਪੌਂਸ ਸੀ ਕਿਉਂਕਿ ਮੈਂ ਮੇਰੀ ਸਟੱਡੀ ਸੀ ਸਾਰੀ 뮤జిక్ ਦੇ ਵਿੱਚ ਸੀ ਮੈਂ ਬੀਏ ਐਮਏ ਐਮਫਲ ਪੀਐਚਡੀ ਮੇਰੀ ਉਸ ਵੇਲੇ ਤਾਂ ਮੈਂ ਐਮਏ ਕਰ ਰਿਹਾ ਸੀਗਾ ਓਕੇ ਤੇ ਕਰਦਨ ਫੁੱਲ ਰਿਸਪੌਂਸ ਛੋਟਾ ਹੁੰਦਾ ਜੀ ਨੂੰ ਮੈਂ ਭਾਸ਼ਾ ਵਿਭਾਗ ਦੇ ਕੋਈ ਕੰਪਟੈਂਟ ਡੈਡੀ ਮੈਨੂੰ ਖੁਦ ਛੱਡ ਕੇ ਆਉਂਦੇ ਹੁੰਦੇ ਸੀ ਤੇ ਸਾਡੇ ਇੱਕ ਟੀਚਰ ਹੁੰਦੇ ਸੀਗੇ ਉਹਨਾਂ ਦੀ ਮੈਂ ਜ਼ਰੂਰ ਗੱਲ ਦੱਸੂਗਾ ਇੱਕ ਮੇਰੇ ਮਿੱਤਰ ਹੋਰ ਹੁੰਦੇ ਪਿੰਡ ਦਾ ਕਿਉਂਕਿ ਮੈਨੂੰ ਆਪਣੇ ਪਿੰਡ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਮੈਨੂੰ ਬੜੀ ਵਧੀਆ ਲੱਗਦੀਆਂ ਨੇ ਮੇਰੇ ਗਾਣੇ ਦੇ ਵਿੱਚ ਵੀ ਹੁੰਦਾ ਮੈਂ ਜਿਵੇਂ ਟਾਈਮ ਟੇਬਲ ਦੀ ਗੱਲ ਹੈ ਸਾਰੀਆਂ ਪੁਰਾਣੀਆਂ ਕਲਚਰ ਦੀ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੇ ਪਹਿਰਾਵਾ ਤੁਸੀਂ ਹਰੇਕ ਤਕਰੀਬਨ ਹਰੇਕ ਗਾਣੇ ਵਿੱਚ ਟੱਚ ਦਿੱਤਾ ਹੋਇਆ ਪੁਰਾਣੇ ਉਹਦਾ ਉਹ ਸਾਡੇ ਇੱਕ ਟੀਚ ਉਹ ਸੰਜਰ ਮੁੰਨੀਮ ਦੇ ਤਹ ਹਫਤਾ ਰਖਦਾ ਸੀ ਹਫਤਾ ਮੈਰਾ ਦਾ ਤੇ ਸਾਡੀ ਫੀਸ ਹੁੰਦੀ ਸੀ 200 ਰੁਪਿਆ ਸਿੱਖਣ ਦੀ ਅਸੀਂ ਭਿੱਖੀ ਸਿੱਖਦੇ ਹੁੰਦੇ ਸੀਗੇ ਆ ਮੀਨ ਇਹ ਵਿੱਚ ਚਾਰ ਕਲਾਸ ਹੁੰਦੀ ਹੈ ਤੇ ਫੀਸ ਵੀ ਉਹ ਟੀਚਰ ਦਿੰਦੇ ਸੀ ਸਾਡੀ ਅੱਛਾ ਜੀ ਤੇ ਬਾਕੀ ਘਰਦਿਆਂ ਦਾ ਤਾਂ ਬਹੁਤ ਜ਼ਿਆਦਾ ਹੈ ਹੀ ਮਾਪਿਓ ਤਾਂ ਕਹਿੰਦੇ ਨੇ ਵੀ ਸਾਡਾ ਬੱਚਾ ਜੀ ਕੁਝ ਕਰ ਰਿਹਾ ਬਾਕੀ ਪੜ੍ਹੇ ਲਿਖੇ ਸੀ ਮੇਰੇ ਪਰਿਵਾਰ ਸਾਰਾ ਰਾਈਟ ਅੱਛਾ 뮤직 ਸਿੱਖਣਾ ਇੱਕ ਵੱਖਰੀ ਗੱਲ ਹੈ ਜਦੋਂ ਸਿੰਗਿੰਗ ਸਾਹਮਣੇ ਆਉਂਦੀ ਹੈ ਨਾ ਜੋ ਗਾਣੇ ਆਉਣ ਲੱਗੇ ਕਈ ਵਾਰ 뮤직 ਵਿੱਚ ਕਹਿੰਦਾ ਚੱਲ ਇਹ ਟੀਚਰ ਬਣ ਜਾਊਗਾ 뮤직 ਟੀਚਰ ਇਹ ਵੀ ਸੋਚਦਾ ਮੇਰੇ ਖਿਆਲ ਚ ਕਈ ਇਹ ਕਰਦਿਆਂ ਸੋਚ ਰਹਿੰਦੀ ਹੈ ਪਰ ਐਜ਼ ਅ ਸਿੰਗਰ ਤੁਹਾਨੂੰ ਦੇਖਣਾ ਉਹਨਾਂ ਲਈ ਕਿੰਨਾ ਕੁ ਵਧੀਆ ਸੀ ਉਹਨਾਂ ਲਈ ਉਹਨਾਂ ਵੱਲੋਂ ਰਿਸਪੌਂਸ ਆਣਾ ਕਿੰਨਾ ਕੁ ਕਹ ਅਲੱਗ ਬੇਸਿਕ ਆ ਜਿਹੜਾ ਮੇਰਾ ਗਾਉਣਾ ਸੀ ਮੇਰਾ ਸ਼ੌਂਕ ਸੀ ਆ ਓਕੇ ਸ਼ੌਂਕ ਕੇ ਬਸ ਫਿਰ ਉਹਦੋਂ ਉਹਨਾਂ ਦਾ ਜਿਹੜਾ ਕਾਲੇ ਲੰਗਦਾ ਯਾਰ ਚੱਲ ਗਿਆ ਫਿਰ profession 'ਚ ਤਬਦੀਲ ਹੋ ਗਿਆ ਤੇ ਫਿਰ ਲੋਕਾਂ ਨੇ ਇਨਾ ਪਿਆਰ ਦਿੱਤਾ ਕਾਲੇ ਰੰਗ ਦਾ ਯਾਰ ਦੀ ਅੱਜ ਵੀ ਪਹਿਚਾਨ ਹੈ ਜੇ ਕੋਈ ਗੱਲ ਕਰੂ ਤਾਂ ਕਾਲੇ ਰੰਗ ਦੇ ਯਾਰ ਵਾਲਾ ਕਿਰਦ ਗੁਰਵਿੰਦਰ ਬਿੱਲੇ ਕੋ ਗਾਣੇ ਬਹੁਤ ਆ ਜਾਣਗੇ ਬਹੁਤ ਹਿੱਟ ਹੋ ਜਾਣਗੇ ਪਰ ਮੇਰੀ ਜਿਹੜੀ ਪਹਿਚਾਨ ਹੈ ਜਿਹਨੇ ਮੇਰੀ ਜੜ ਲਾਈ ਹੈ ਤਾਂ ਉਹ ਕਾਲੇ ਰੰਗ ਦਾ ਯਾਰ ਹੈ ਕੀ ਬਾਤ ਹੈ